ਰਸੋਈ ਵਿਚ ਪਿਛਲੇ ਕੁਝ ਘੰਟਿਆਂ ਤੋਂ ਲਗਾਤਾਰ ਭਾਰੀ ਬਾਰਿਸ਼ ਹੋਣ ਦੇ ਚਲਦੇ ਕਈ ਇਲਾਕੇ ਵਿਚ ਪਾਣੀ ਭਰ ਗਿਆ। ਮੀਡੀਆ ਰਿਪੋਰਟ ਮੁਤਾਬਕ ਇੱਕ ਨਿਰਮਾਣ ਹੋ ਰਹੀ ਬਿਲਡਿੰਗ ਜ਼ਮੀਨ ਵਿਚ ਧਸ ਗਈ ਹੈ। ਬਿਲਡਿੰਗ ਵਿਚ ਕੁਝ ਲੋਕ ਫਸੇ ਹੋਏ ਨੇ, ਜਿਨ੍ਹਾਂ ਨੂੰ ਬਚਾਉਣ ਲਈ ਬਚਾਅ ਦਲ ਮੌਕੇ ਤੇ ਮੌਜੂਦ ਨੇ। ਜ਼ਮੀਨ ਧਸਣ ਨਾਲ ਕੁਝ ਕਾਰਾਂ ਵੀ ਇਸ ਵਿਚ ਫਸ ਗਈਆਂ ਨੇ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅਗਲੇ ਕੁਝ ਘੰਟਿਆਂ ਵਿਚ ਮੁੰਬਈ ਵਿਚ ਭਾਰੀ ਬਾਰਿਸ਼ ਹੋਵੇਗੀ। ਪ੍ਰਸ਼ਾਸਨ ਨੇ ਸਾਰੇ ਬਚਾਅ ਦਲਾਂ ਨੂੰ ਅਲਰਟ ਜਾਰੀ ਕਰ ਦਿੱਤਾ ਹੈ। ਉਧਰ ਗੁਜਰਾਤ ਵਿਚ ਮਾਨਸੂਨ ਦੇ ਅੱਗੇ ਵਧਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਅਤੇ ਰਾਜ ਦੇ ਕਈ ਸਥਾਨਾਂ ਤੇ ਬੀਤੀ ਰਾਤ ਬਾਰਿਸ਼ ਹੋਈ ਹੈ, ਜਦਕਿ ਮੌਸਮ ਵਿਭਾਗ ਨੇ ਅਗਲੇ 48 ਘੰਟਿਆਂ ਦੌਰਾਨ ਕਈ ਸਥਾਨਾਂ ਤੇ ਭਾਰੀ ਬਾਰਿਸ਼ ਚੇਤਾਵਨੀ ਜਾਰੀ ਕੀਤੀ ਹੈ। ਰਾਜ ਵਿਚ ਮੌਜੂਦ NDRF ਦੀਆਂ ਲਗਭਗ 10 ਟੀਮਾਂ ਨੂੰ ਨੁਕਸਾਨ ਦੇ ਤੌਰ ਤੇ ਅਲਰਟ ਜਾਰੀ ਕਰ ਦਿੱਤਾ ਗਿਆ।